वेलकम बैक नाज़रीन, ब्रेक से हम वापस आ चुके हैं। चलो चलिए लोग आवाज तेज सवाल पूछिए। अस्सलाम वालेकुम। वालेकुम सलाम। की करन आए तुसी इत्थे? विंडो शॉपिंग। विंडो शॉपिंग, अच्छा। थानू कदी किसी ने कहा कि थोड़ी शक्ल किसी ने रल दी? नहीं, मेरी तो अम्मी ना भी नहीं रलती। किसी ने की रलती? अम्मी ना नहीं रलती, रलती है वीरे नाल। डिटो कॉपी नहीं। कदी जाके ना जू दे विच शितर मुर्ग नु वेखना वा? डिटो कॉप नहीं नहीं, ओदे ते मेरा कद ही नहीं हैगा। कद नहीं, ओदे नाल ते नहीं। शितर मुर्ग ते बहुत लंबा जोड़ा हुंदा है। नहीं, शक्ल रलती है बस। शक्ल नहीं ना रलती। ਉਰੇ ਵਰਗੀ ਧੋਣ ਲੰਬੀ ਤੇ ਨਿੱਕਾ ਜਿਹਾ ਮੂੰਹ। ਹਾਂ, ਧੋਣ ਤੇ ਵਾਕਈ ਲੰਬੀ ਆ ਤੇ ਸਾਡੀ ਬੈਠੀ। ਹੁਣ ਤੇ ਬੰਦ ਰਲਦੀ ਆ। ਜਿੰਨਾ ਮਰਦੀ ਰਲਾ ਦਿਓ। ਹਾਂ, ਸਾਡੀ ਕਿੰਨਾ ਰਲਦੀ ਵੈਸੇ? ਕਦੀ ਕਦੀ ਲੋਕ ਕਹਿੰਦੇ ਮੈਂ ਦੀਪਿਕਾ ਵਰਗੀ ਲੱਗਦੀ ਆ। ਤੇ ਜਿਹੜੇ ਦੀਪਿਕਾ ਦੀ ਛੋਟੀ ਭੈਣ ਇੱਥੇ ਜ਼ੂ 'ਚ ਆ ਉਹ ਆਪਾਂ ਬਾਅਦ 'ਚ ਦੇਖਾਂਗੇ। ਤੁਸੀਂ ਕਰਦੇ ਕੀ ਹੋ? ਸਟੱਡੀ ਕਰ ਰਹੇ ਹਾਂ ਬੀਐਸ ਹੋਣਾ। ਕੀ ਬੰਨਾ ਚਾਹੁੰਦੇ ਹੋ? ਬੰਨਾ ਤਾਂ ਕੁਛ ਵੀ ਨਹੀਂ ਜਾਂਦਾ, ਬਿਜ਼ਨਸ ਕਰ ਰਹੇ ਹਾਂ ਆਪਣਾ, ਉਹੀ ਕਰਨਾ ਅੱਗੇ ਵੀ। ਕੁਛ ਨਹੀਂ ਬੰਨਾ ਚਾਹੁੰਦੇ? ਠੀਕ ਆ। ਪਤਾ ਨਹੀਂ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਕੀ ਹੋ ਗਿਆ ਨਾਜ਼ਰੀਨ। ਅੱਛਾ ਚਲੋ, ਮੇਰੇ ਸਵਾਲ ਦਾ ਜਵਾਬ ਦੇਣਾ ਤੁਸੀਂ। ਦੱਸਣਾ ਵਾ ਕਿ ਉਹ ਕਿਹੜਾ ਯਾਰ ਆ ਜਿਹੜਾ ਕੀ ਸੀ? ਹਾਂ, ਆਹੀ। ਹਾਂ, ਉਹ ਕਿਹੜਾ ਯਾਰ ਆ ਜਿਹੜਾ ਤੁਹਾਡੀ ਜਾਨ ਵੀ ਲੈ ਸਕਦਾ? ਐਸਾ ਯਾਰ ਬਣਾਇਆ ਹੀ ਨਹੀਂ ਜਿਹਦੇ ਪਿੱਛੇ ਜਾਨ ਦੇਣੀ ਪਵੇ। ਹੁੰਦਾ ਵਾ, ਹੁੰਦੇ ਤਾਂ ਨੇ, ਬਸ ਫਿਰ ਕਈ ਨਹੀਂ ਕੈਮਰੇ 'ਤੇ ਦੱਸਣੇ ਦਾ ਜੀ, ਨਜ਼ਰ ਲੱਗ ਜਾਏਗੀ ਨਾ ਉਸ ਯਾਰ ਹੀ ਨੂੰ। ਫਿਰ ਤੁਸੀਂ ਕਹੋ ਮੈਂ ਹਾਰ ਗਿਆ। ਹਾਰ ਗਿਆ। ਚਲੋ, ਇੱਕ ਹੋਰ ਸਵਾਲ ਤੁਸੀਂ ਦੱਸਣਾ ਵਾ ਕਿ ਉਹ ਕਿਹਦੀ ਸ਼ੈ ਵਾ ਜਿਹੜੀ ਇੰਡੀਆ 'ਚ ਵੀ ਹੈਗੀ ਆ, ਪਾਕਿਸਤਾਨ 'ਚ ਵੀ ਹੈਗੀ ਪਰ ਬਾਜ਼ਾਰ 'ਚ ਨਹੀਂ ਹੈਗੀ? ਬਾਜ਼ਾਰ 'ਚ ਨਹੀਂ ਹੈ, ਇਨਸਾਨ ਹੀ ਨੇ ਫਿਰ ਤਾਂ ਬਾਜ਼ਾਰ 'ਚ ਨਹੀਂ ਹੁੰਦੇ। ਨਹੀਂ, ਆਹੀ। ਤੁਹਾਨੂੰ ਘਰ ਵਾਲਿਆਂ ਨੇ ਕਿਹਾ ਕਿ ਤੁਹਾਨੂੰ ਪਾਗਲਖਾਨੇ ਜਾਣ ਦੀ ਲੋੜ ਆ? ਨਹੀਂ, ਘਰਦਿਆਂ ਤਾਂ ਨਹੀਂ ਕਿਹਾ, ਤੁਸੀਂ ਕਿਹਾ, ਹੁਣ ਸੋਚ ਲੈਂਦੇ ਇਸ ਬਾਰੇ ਅਸੀਂ। ਬੰਦਾ ਪੁੱਛੇ ਬਾਜ਼ਾਰਾਂ 'ਚ ਇਨਸਾਨ ਹੀ ਹੁੰਦੇ? ਹਾਂਜੀ, ਬਾਜ਼ਾਰਾਂ 'ਚ ਇਨਸਾਨ ਹੀ ਹੁੰਦੇ? ਨਹੀਂ, ਉੱਥੇ ਨਾ ਕੀ ਕੁੱਕੜ ਫਿਰਦੇ ਹੁੰਦੇ ਆ? ਕੁੱਕੜ ਨਹੀਂ ਹੁੰਦੇ, ਜਾਨਵਰ ਹੁੰਦੇ ਨੇ ਚਰਾਂ ਦੇ। ਨਹੀਂ, ਆ ਜਵਾਬ ਨਹੀਂ। ਤਰ੍ਹਾਂ ਇਹ ਉਹ ਚੀਜ਼ਾਂ ਜਿਹੜੀਆਂ ਅਸੀਂ ਨੋਟ ਕਰੀ ਦੀਆਂ ਨੇ, ਉਸ ਚੀਜ਼ ਦੇ ਹਵਾਲੇ ਨਾਲ ਇਨਸਾਨ ਨਹੀਂ ਹੁੰਦੇ। ਬੇਟਾ ਬਾਜ਼ਾਰ ਨਿਕਲ, ਹੁਣ ਜਿਹੜਾ ਜਿਹੜਾ ਪ੍ਰੋਗਰਾਮ ਦੇਖਿਆ ਤੈਨੂੰ ਫੜ ਕੇ ਕੁੱਟਣਾ। ਜੋ ਸੱਚ ਉਹ ਹੀ ਬੋਲਣਾ ਚਾਹੀਦਾ। ਨਹੀਂ, ਆ ਜਵਾਬ ਨਹੀਂ। ਨਹੀਂ, ਜਵਾਬ ਇਹੀ ਹੈ। ਜਦੋਂ ਮੈਂ ਹਾਰ ਗਿਆ। ਹਾਰ ਗਿਆ ਜੀ, ਅੱਛਾ ਕੀ ਹੈ? ਅੱਜ ਵੀ ਤੇ ਦਿਓ ਨਾ ਜਵਾਬ। ਕੀ ਚੀਜ਼ ਜਵਾਬ ਆ ਤੁਹਾਨੂੰ? ਜਵਾਬ ਆ, ਕੋਈ ਸ਼ੇਅਰ ਕਰਨਾ ਚਾਹੁੰਦੇ ਹੋ? ਨਾ, ਬਸ ਰਮਜ਼ਾਨ ਦੇ ਹਵਾਲੇ ਨਾਲ। ਰਮਜ਼ਾਨ ਆ ਰਿਹਾ, ਸਾਰੇ ਦੋਸਤਾਂ ਨੂੰ ਚਾਹੀਦਾ ਰਮਜ਼ਾਨ ਦੇ ਰੋਜ਼ੇ ਰੱਖਣ, ਨਮਾਜ਼ ਤਰਾਵੀ ਸਾਰਾ ਕੁਛ ਨਫਲੀ ਇਬਾਦਤ ਵੀ ਕਰਨ, ਕਿਉਂਕਿ ਇਸ ਮਹੀਨੇ 'ਚ ਵੈਸੇ ਵੀ ਜ਼ਿਆਦਾ ਸਵਾਬ ਮਿਲਦਾ, ਇਸ ਕਰਕੇ ਸਾਰਿਆਂ ਨੂੰ ਨਸੀਹਤ ਕੀਤੀ ਜਾਂਦੀ ਕਿ ਰਮਜ਼ਾਨ ਫਿਰ ਰਮਜ਼ਾਨ ਦੇ ਵਿੱਚ ਨਮਾਜ਼ ਪੜ੍ਹਨ, ਰੱਬ ਨੂੰ ਯਾਦ ਕਰਨ ਅਤੇ ਅੱਗੇ ਪਿੱਛੇ ਨਹੀਂ, ਹੈ ਨਾ? ਨਹੀਂ, ਅੱਗੇ ਪਿੱਛੇ ਵੀ ਕਰਨਾ ਚਾਹੀਦਾ। ਬਾਕੀ ਇੱਕ ਰਮਜ਼ਾਨ ਤੇ ਇੱਕ ਸਪੈਸ਼ਲੀ ਹੈ ਨਾ ਗਿਫਟ ਸਾਡੇ ਵਾਸਤੇ, ਉਹਦੇ ਨਤੀਜੇ ਦੇ ਵਿੱਚ ਸਾਨੂੰ ਜੀ ਤੁਹਾਡੇ ਵਾਸਤੇ ਨਹੀਂ, ਸਾਰਿਆਂ ਵਾਸਤੇ। ਤੁਸੀਂ ਕਿੰਨੇ ਰੋਜ਼ੇ ਰੱਖਦੇ ਹੋ? ਅਲਹਮਦੁਲਿਲਾ ਸਾਰੇ ਰੱਖੀ ਦੇ ਨੇ। ਜਿੰਨੇ ਜਿੰਨੇ ਆਉਣਾ ਨਾ, ਭਾਵੇਂ ਇੱਕ ਵੀ ਰੋਜ਼ਾਨਾ ਰੱਖਦਾ, ਉਹਨੇ ਕਹਿੰਦੇ ਸਾਰੇ ਅਸੀਂ ਰੱਖਦੇ। ਨਹੀਂ, ਸਾਰੇ ਰੱਖੀ ਦੇ, ਅਲਹਮਦੁਲਿਲਾ। ਚਲੋ, ਚੰਗੀ ਗੱਲ ਹੈ, ਸ਼ੁਕਰੀਆ, ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਕੀ ਕਰਨ ਆਏ ਤੁਸੀਂ ਇੱਥੇ? ਇੱਥੇ ਅਸੀਂ ਘੁੰਮਣ ਫਿਰਨ ਆਏ ਹਾਂ, ਜਿਵੇਂ ਤੁਸੀਂ ਆਏ ਹੋ। ਨਾ ਵੀਰੇ, ਮੈਂ ਇੱਥੇ ਕੰਮ ਕਰਨ ਆਈ ਹਾਂ। ਅਸੀਂ ਵੀ ਕੰਮ 'ਤੇ ਹੀ ਆਏ ਹਾਂ ਆਪਣੇ। ਕਿਹਦੇ ਕੰਮ 'ਤੇ? ਦੱਸੋ ਹਾਂ ਭਾਅ ਜੀ। ਬਸ ਇਹ ਮੌਲ ਸ਼ੋਲ ਵੇਖਣ ਆਇਆ, ਰੌਣਕਾਂ ਵੇਖ ਰਹੇ ਹਾਂ। ਕਿਹੜੀਆਂ ਰੌਣਕਾਂ? ਬੱਤੀਆਂ ਛੱਤੀਆਂ ਲੱਗੀਆਂ ਅਸੀਂ ਵੇਖ ਰਹੇ ਹਾਂ। ਰਮਜ਼ਾਨ ਦੀਆਂ ਰੌਣਕਾਂ ਸ਼ੋਪਿੰਗ, ਐਡਾ ਵੱਡਾ ਬਲਬ ਲਵਾਇਆ ਦੇਖ ਲੈਂਦੇ। ਨਹੀਂ, ਇਹ ਨਹੀਂ, ਇਹ ਸੋਨਾ ਲੱਗਦਾ, ਇਸ ਲਈ ਲਵਾਇਆ। ਅੱਲਾ ਨੂੰ ਜਾਣ ਦੇਣੀ ਹੈ, ਯਕੀਨ ਮੰਨੋ। ਅੱਲਾ ਨੂੰ ਜਾਣ ਦੇਣੀ, ਸੱਚ ਬੋਲਣਾ। ਮਾਸ਼ਾਅੱਲਾ ਮੁੰਡਾ ਸੋਨਾ ਹੈਗਾ, ਮੈਂ ਫੇਰ ਕਹਿ ਰਹੀ ਹਾਂ। ਨਹੀਂ ਨਹੀਂ, ਮੇਰਾ ਮੁੰਡਾ ਸੋਨਾ ਹੈਗਾ। ਕੀ ਕਰਦੇ ਤੁਸੀਂ? ਅਸੀਂ ਪੜ੍ਹਨੇ ਹਾਂ। ਬਣਨਾ ਚਾਹੁੰਦੇ ਹੋ? ਐਂਕਰ। ਤੁਸੀਂ ਕੀ ਬਣਨਾ ਚਾਹੁੰਦੇ ਹੋ? ਪਾਇਲਟ। ਪਾਇਲਟ ਬਣਨਾ ਚਾਹੁੰਦੇ ਹੋ? ਅੱਛਾ ਅੱਛਾ, ਤੁਸੀਂ ਐਂਕਰ ਬਣਨਾ ਚਾਹੁੰਦੇ? ਇੰਨਾ ਕੌਨਫੀਡੈਂਸ ਹੈਗਾ? ਆਹੋ, ਬਿਲਕੁਲ। ਵਾਸਤੇ ਕੌਨਫੀਡੈਂਸ ਚਾਹੀਦਾ ਹੁੰਦਾ? ਕੌਨਫੀਡੈਂਸ ਵਾਧੂ ਕੀ ਕਰਾਉਣਾ, ਕਰਾ ਲਓ। ਚਲੋ, ਤੁਸੀਂ ਇੰਟਰਵਿਊ ਕਰਨਾ ਫਿਰ ਤੁਹਾਡਾ? ਹਾਂ, ਮੇਰਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੈਸੀ ਹੈ ਆਪ? ਮੈਂ ਵਧੀਆ। ਇੱਥੇ ਕੀ ਲੈਣ ਆਏ ਹੋ? ਮੈਂ ਇੱਥੇ ਸ਼ੋਪਿੰਗ ਕਰਨ ਆਈ ਸੀ। ਸ਼ੋਪਿੰਗ ਦਿਖਾਓ, ਕੀ ਕੀਤੀ ਜੇ? ਹਲੇ ਮੈਂ ਆਈ ਹਾਂ ਤੇ ਆ ਗਿਆ ਵਾ। ਪੈਸੇ ਨਹੀਂ ਹੋਣੇ ਨਾ, ਪੈਸੇ ਨਹੀਂ ਹੋਣੇ, ਪੈਸਿਆਂ ਦੀ ਗੱਲ ਤੇ ਕੋਈ ਨਹੀਂ, ਕਰਾ ਦਿੰਦੇ ਆ। ਵੀਰੇ ਦੇਖ, ਤੂੰ ਆਪ ਪਤਾ ਨਹੀਂ ਸਲਾਨੀ ਵਾਲਿਆਂ ਕੋ ਰੋਟੀ ਖਾਂਦਾ ਵਾ।
ਤੂੰ ਕੀ ਸ਼ਾਪਿੰਗ ਕਰਾਣੀ ਨਹੀਂ ਨਹੀਂ ਤੁਸੀਂ ਆਰਡਰ ਲਾਓ ਤੁਸੀਂ ਕੀ ਲੈਣਾ ਮੈਂ ਤੁਹਾਨੂੰ ਕਰਾ ਦਾਂ ਉਹ ਮੈਂ ਕਰ ਲਵਾਂਗੀ ਤੁਸੀਂ ਗੱਲ ਕਰੋ ਸਵਾਲ ਪੁੱਛੋ ਚਲੋ ਇੱਕ ਗੱਲ ਜਵਾਬ ਦਿਓ ਮੈਨੂੰ ਉਹ ਕਿਹੜੀ ਚੀਜ਼ ਹੈ ਜਿਹੜੀ ਉੱਡਦੀ ਹੋਵੇ ਤੇ ਤੁਸੀਂ ਉਹਨੂੰ ਫੜ ਵੀ ਸਕਦੇ ਹੋ ਜਿਹੜੀ ਉੱਡਦੀ ਹੋਵੇ ਉਸ ਉਹਨੂੰ ਅਸੀਂ ਫੜ ਵੀ ਸਕਦੇ ਹਾਂ ਕੋਈ ਰੋਕਟ ਸਾਇੰਸ ਨਹੀਂ ਹੈਗੀ ਪਤੰਗ ਓਏ ਹੋਏ ਹੋਏ ਬਿਲਕੁਲ ਕਲੈਪ ਕਰ ਦੇ ਬੜੀ ਗੱਲ ਹੈ ਬੜੀ ਗੱਲ ਬਸ ਹੋ ਗਿਆ ਇੰਟਰਵਿਊ ਐ ਤੇ ਫਿੱਕਾ ਫਿੱਕਾ ਐਂਕਰ ਬਣਨਾ ਹੈ ਨੇ ਕੀ ਕਰਾਂ ਨਾਲ ਜੁੱਤਾ ਵੀ ਮਾਰਾਂ ਮਾਰਨੀਆਂ ਚਾਹੀਦੀਆਂ ਨਾ ਐ ਵੇਲੇ ਦੇ ਜਲੇਬੀਆਂ ਨੂੰ ਜਾ ਕੇ ਕਹਿੰਦੀ ਭਾਜੀ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਜਲੇਬੀਆਂ ਕੱਢਦੇ ਆ ਕਹਿੰਦਾ ਜੀ 10 ਸਾਲ ਫਿਟੇ ਮੂੰਹ ਸਿੱਧੀ ਤੇ ਗੱਟ ਤੱਕ ਨਹੀਂ ਕੱਢੀ ਹਾਂਜੀ ਹੋਰ ਆ ਪਹਿਲਾ ਐਂਕਰ ਵਾ ਇਹ ਮੈਨੂੰ ਲੱਗਦਾ ਟਿੰਡ ਨੇ ਜਲੇਬੀਆਂ ਕੱਢਦਾ ਪਹਿਲਾ ਐਂਕਰ ਆਪਣੀ ਫਿੱਕੀਆਂ ਤੇ ਆਪ ਹੀ ਹੱਸੀ ਜਾ ਰਿਹਾ ਨਹੀਂ ਨਹੀਂ ਸਾਰੇ ਹੱਸੇ ਨੇ ਕਿੰਨੀ ਆਮ ਖਲੋਤੀ ਮੈਨੂੰ ਤੇ ਹਾਸਾ ਨਹੀਂ ਆਇਆ ਸਾਰੀ ਆਮ ਖਲੋਤੀ ਹੱਸ ਰਹੀ ਹੈ ਇਹ ਹਸਨ ਵਾਸੀ ਨਾਲ ਲੈ ਕੇ ਤੁਰਦੇ ਸੀ ਲੱਗਦੀ ਉਹਨੂੰ ਹਸਾ ਨਹੀਂ ਆਂਦਾ ਸਮਝੇ ਹਾਂਜੀ ਜਿਹਨੂੰ ਲੱਗਦੀ ਉਹਨੂੰ ਹਸਾ ਨਹੀਂ ਆਂਦਾ ਅੱਛਾ ਚਲੋ ਮੇਰੇ ਇੱਕ ਸਵਾਲ ਦਾ ਜਵਾਬ ਦੇਣਾ ਠੀਕ ਹੈ ਤੁਸੀਂ ਦੱਸਣਾ ਵਾ ਕਿ ਜਿਹੜਾ ਤੁਹਾਨੂੰ ਮਾਰ ਵੀ ਸਕਦਾ ਉਹ ਕਿਹੜਾ ਯਾਰ ਹੈ ਜਿਹੜਾ ਤੁਹਾਨੂੰ ਮਾਰ ਵੀ ਸਕਦਾ ਇਹ ਖਲੋਤਾ ਤੁਹਾਨੂੰ ਯਕੀਨਾ ਮਾਰ ਸਕਦਾ ਮਾਰ ਸਕਦਾ ਜਦੋਂ ਕੈਂਚ ਮਾਰ ਸਕਦਾ ਜਦੋਂ ਮਰਜ਼ੀ ਜਿਸ ਤਰ੍ਹਾਂ ਜੀ ਜਿਸ ਤਰ੍ਹਾਂ ਮਰਜ਼ੀ ਐ ਲੈ ਹੋ ਗਿਆ ਬਸ ਮਾਰਨਾ ਆ ਮਾਰਨਾ ਨਹੀਂ ਆ ਆ ਮਾਰਨਾ ਇਹ ਮੁਸ਼ਕਲ ਸਵਾਲ ਹੈ ਭਾਜੀ ਤੁਹਾਨੂੰ ਆਂਦਾ ਜਵਾਬ ਨਹੀਂ ਐ ਨਹੀਂ ਹੋਣਾ ਕੋਸ਼ਿਸ਼ ਕਰੋ ਤੁਸੀਂ ਦੱਸੋ ਤਾਂ ਸਿੱਧਾ ਜਵਾਬ ਦਿਓ ਕਿਹੜਾ ਯਾਰ ਹੈ ਸਾਡਾ ਜ਼ਮੀਰ ਹੈਗਾ ਸਾਡਾ ਯਾਰ ਉਹ ਮਾਰ ਸਕਦਾ ਉਹ ਕਾਤਿਲ ਆ ਉਹ ਨਹੀਂ ਨਾ ਕੋਈ ਕਦੀ ਬੇਮਾਨ ਹੋ ਜਾਂਦਾ ਤੇ ਕੋਈ ਪਤਾ ਨਹੀਂ ਮਾਰ ਵੀ ਸੀ ਕੋਸੀ ਹਾਰ ਗਏ ਸਬਰ ਕਰ ਲੋ ਅੱਛਾ ਇੱਕ ਹੋਰ ਸਵਾਲ ਤੁਸੀਂ ਦੱਸਣਾ ਵਾ ਕਿਹਦੀ ਸ਼ੈ ਵਾ ਜਿਹੜੀ ਇੰਡੀਆ ਪੰਜਾਬ ਦੇ ਵਿੱਚ ਇੰਡੀਆ ਪੰਜਾਬ ਕਹਿ ਰਹੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੈਗੀ ਬਾਜ਼ਾਰ 'ਚ ਨਹੀਂ ਹੈਗੀ ਨਹੀਂ ਯਾਰ ਮੁਸ਼ਕਲ ਹੈਗਾ ਯਾਰ ਕੋਈ ਆਸਾਨ ਕਰੋ ਸਵਾਲ ਨਫ਼ਰਤ ਓਏ ਹੋਏ ਨਹੀਂ ਨਹੀਂ ਮੁਹੱਬਤ ਕਹਿ ਪਾਕਿਸਤਾਨ 'ਚ ਕਿਹਦੀ ਨਫ਼ਰਤ ਆ ਇੰਡੀਆ ਤੇ ਪਾਕਿਸਤਾਨ 'ਚ ਨਫ਼ਰਤ ਹੈਗੀ ਤੇ ਬਾਜ਼ਾਰ 'ਚ ਨਹੀਂ ਨਫ਼ਰਤ ਹੈਗੀ ਸਹੀ ਕਰ ਗਿਆ ਨਾ ਕਿ ਲੌਜੀਕ ਹੈ ਕਰ ਗਿਆ ਕਵਰ ਸਹੀ ਕਾਮਨ ਸੈਂਸ ਹੈਗੀ ਹੈ ਨਾ ਨਹੀਂ ਫਿਰ ਨਹੀਂ ਹਰ ਗੱਲ ਤੇ ਨਹੀਂ ਕਦੀ ਆ ਵੀ ਕਰੋ ਤੁਸੀਂ ਕੋਈ ਜਵਾਬ ਹੀ ਤੇ ਚਾਹੀਦਾ ਦੋ ਨਾ ਬੰਦੇ ਵਾਲਾ ਅੱਛਾ ਫਾਇਦਾ ਤੇ ਆ ਜਿਹੜਾ ਉਤਲਾ ਜਿਹੜਾ ਵਾ ਨਾ ਖਾਣਾ ਗੰਜਾ ਟਕਲਾ ਇਹ ਖਾਲੀ ਆ ਖਾਲੀ ਬਿਲਕੁਲ ਯਾਰ ਇਹ ਕੀ ਚੱਕਰ ਹੈ ਯਾਰ ਮੈਨੂੰ ਸਮਝੋ ਬਾਹਰ ਮਾਸ਼ਾਅੱਲਾ ਰੌਣਕ ਹੀ ਬੜੀ ਹੈ ਆ ਇਹ ਗੱਲ ਹੀ ਬਹੁਤ ਜ਼ਿਆਦਾ ਅੱਛਾ ਹੁਣ ਤੁਸੀਂ ਦੱਸਦੇ ਹੋ ਤੁਸੀਂ ਕੋ ਸੀ ਹਾਰ ਗਏ ਕਹਿਣਾ ਪਏਗਾ ਕਹਿਣਾ ਪਏਗਾ ਚਲੋ ਅਸੀਂ ਹਾਰ ਗਏ ਅੱਛਾ ਰਮਜ਼ਾਨ ਵਿੱਚ ਰੋਜ਼ਿਆਂ 'ਚ ਅਫਤਾਰੀ ਖਾਣੀ ਜਾਂਦੇ ਆ ਕਿਸੇ ਦੇ ਕਦੇ ਕਰਾਈ ਵੀ ਆ ਨਹੀਂ ਅਸੀਂ ਕਰਾਉਂਦੇ ਵੀ ਹਾਂ ਤੁਸੀਂ ਆਓ ਤੁਹਾਡੀ ਵੀ ਕਰਾਵਾਂਗੇ ਇਨਸ਼ਾਅੱਲਾ ਨਹੀਂ ਨਹੀਂ ਮਤਲਬ ਆਪਣੀ ਫੈਮਿਲੀ ਦੀ ਹੈ ਦੋਸਤਾਂ ਦੀ ਵੀ ਕਰਾਉਂਦੇ ਹਾਂ ਦੋਸਤਾਂ ਦੀ ਵੀ ਭਰਾਵਾਂ ਦੀ ਸਾਰਿਆਂ ਦੀ ਬਾਹਰ ਵੀ ਕਰਾਉਂਦੇ ਹਾਂ ਕਦੇ ਇੰਜ ਹੋਇਆ ਵਾ ਵੈਸੇ ਤਾਂ ਇੰਜ ਹੋਣਾ ਹੀ ਆ ਕਿ ਤੁਸੀਂ ਕਿਸੇ ਅਫਤਾਰੀ 'ਤੇ ਗਏ ਹੋ ਅਤੇ ਤੁਹਾਨੂੰ ਇੰਨੀ ਭੁੱਖ ਲੱਗੀ ਹੋਵੇ ਕਿ ਉਹਨਾਂ ਦੇ ਹਿੱਸੇ ਦਾ ਵੀ ਖਾ ਗਏ ਹੋ ਬਿਲਕੁਲ ਹੋਇਆ ਇਹਦੇ ਸਦਾ ਵੀ ਖਾ ਲੈਂਦੇ ਇਹ ਟਿੰਡ ਤੇ ਇਸ ਵਾਸਤੇ ਹੀ ਉਹ ਨਿਸ਼ਾਨ ਜਿਹਾ ਪਿਆ ਨਾ ਨਿਸ਼ਾਨ ਸਿਰ ਪਾੜਿਆ ਕਿਸੇ ਨੇ ਇਹੋ ਹੀ ਅਲਾਮਤ ਹੈਗੀ ਹੈ ਭੁੱਖੜ ਨੇ ਕਹਿਣਾ ਚਾਹੁੰਦੇ ਭੁੱਖੜ ਨੇ ਅਤੇ ਤੁਸੀਂ ਨਹੀਂ ਮੈਂ ਜਿੰਨਾ ਮੈਂ ਖਾ ਸਕਦਾ ਉਨਾ ਹੀ ਖਾਣਾ ਕਿਸੇ ਦੇ ਹਿੱਸੇ ਦਾ ਨਹੀਂ ਖਾਂਦੇ ਨਹੀਂ ਨਹੀਂ ਕਿਸੇ ਦੇ ਹਿੱਸਾ ਨਹੀਂ ਖਾਂਦੇ ਕਿੰਨੇ ਰੋਜ਼ਾ ਰੱਖ ਲੈਂਦੇ ਹੋ ਮਾਸ਼ਾਅੱਲਾ ਪੂਰੇ ਤੁਸੀਂ ਕਿੰਨੇ ਰੱਖਦੇ ਹੋ ਅਲਹਮਦੁਲਿਲਾ ਪੂਰੇ ਕਿੱਥੇ ਰੱਖਦੇ ਹੋ ਟਿੱਚ ਅੱਛਾ ਫੇਰ ਸਹੀ ਆ ਚਲੋ ਸ਼ੁਕਰੀਆ ਵਧੀਆ ਹੋ ਗਿਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਕਰਨ ਆਏ ਤੁਸੀਂ ਇੱਥੇ ਮੈਂ ਇਧਰ ਘੁੰਮਣ ਆਇਆ ਹਾਂ ਘੁੰਮਣ ਆਏ ਜੀ ਆਖਿਰਾ ਕੋਈ ਘੁੰਮਣ ਵਾਲੀ ਜਗ੍ਹਾ ਵਾ ਬਸ ਇਹ ਘਰ ਦੇ ਕਰੀਬ ਹੈ ਨਾ ਇਸ ਲਈ ਆ ਗਿਆ ਅੱਛਾ ਘਰ ਦੇ ਕਰੀਬ ਕੀ ਕੰਮ ਕਰਦੇ ਹੋ ਕਿਹੜੀ ਕਰਦਾ ਕੀ ਬਣਨਾ ਚਾਹੁੰਦੇ ਹੋ ਮੈਂ ਵੈਸੇ ਤਾਂ ਡਾਕਟਰ ਬਣਨਾ ਚਾਹੁੰਦਾ ਲੇਕਿਨ ਨੰਬਰ ਆਉਣਗੇ ਫਿਰ ਪਤਾ ਚੱਲੇਗਾ ਕੀ ਬਣਨਾ ਉਸ ਤੋਂ ਬਾਅਦ ਸੋਚਾਂਗੇ ਉਮੀਦ ਨਹੀਂ ਹੈਗੀ ਨਹੀਂ ਆ ਜਾਣਗੇ ਇੰਨੀ ਵੀ ਗੱਲ ਨਹੀਂ
कहना चाहिए मैं डॉक्टर बनांगा। नहीं मैं बन जावांगा। कीरे डॉक्टर बनना चाहते हो? ये हड्डियां दा। हड्डियां दा डॉक्टर बनना तोड़न वाला? जी तोड़न वाला? नहीं नहीं जोड़न वाला। अच्छा वे ठीक है। रोजे रखते हो? जी अल्हम्दुलिल्लाह। कितने रखते हो? जिन्हें रखे जान बंदे दी हिम्मत ही होती है ना गल। कितने रखते हो? कितने पेट च। अच्छा चलो मान लेंगे यार। मेरे सवाल का जवाब देना तुसी ठीक है। दसना वा कि वो कीड़ी शै वा जिहड़ी पाकिस्तान च भी होंदी है इंडिया च भी होंदी पर बाजार च नहीं होंदी? पाकिस्तान च भी ये आंदा है इंडिया च भी ये आंदा है। बाजार च भी आंदा वा ये ते फिर बाजार च भी आंदा है लेकिन बाजार च नहीं होंदी वो शै। बाजार च नहीं होंदी आई कह लो फिर आई भी है। नहीं कोई चीज है यूज करने वाली? नहीं। किस चीज है केड़ी चीज है थोड़ी जी हिंट दे दो। लेकिन ठीक जा रहे सी तुसी लेकिन आई ए नहीं है। अच्छा मतलब अल्फाबेट्स ही है। मैं कह दसा। हां अच्छा फिर ए पी ए के आई एस एन? नहीं एन भी नहीं आंदा बाजार से हुन ते। एक और सवाल तुसी दसना वा कि ऐसा की है सी किसे बंदे नु कहिए ते और गुस्सा खत्म हो जांदा वा जे डॉक्टर किसे बंदे नु कहे ते बंदा खत्म हो जांदा? बड़ा ही आसान सवाल है दसा फिर सोड़ी। हाँ ये बहुत घट जवाब आया वा किसे नु आया ही नहीं जवाब दरअसल। अच्छा कुछ शेयर करना चाहते हो? मैं बस ए पूछना चाहता तुसी इधर ही रहंदे हो? इधर हाँ हाँ दूजा घर आ। मैं वही तो कह रहा लगता है उत्ते बिस्तरा डाया है उत्ते मुंह तो दे थल्ले ते फिर बेकअप सुरखी पाउडर च मुंह ला के ते फिर हां अपार्टमेंट दित्ता उन्होंने। अच्छा वाकई लगता है एनजी है जदों आओ इधर ही होंदे आ की खरी है जिथे अपनापन फील होए वधिया एनवायरनमेंट होए फिर उत्ते मैं जांदी है। अच्छा सही जा रहे हो तुसी। चलो शुक्रिया वधिया जी। नाज़रीन अब वक्त हो गया छोटी सी ब्रेक का। तुसी किते नहीं जाना तुसी इत्थे बैठे रहना चैनल भी नहीं बदलना। मैं जल्दी वापस आऊंगी। वेलकम बैक नाज़रीन। ब्रेक से वापस आ चुके हैं। चलो चलिए लोगा वाल ते सवाल करिए। अस्सलाम वालेकुम। वालेकुम सलाम। की करन आए तुसी इत्थे? शॉपिंग करन आए। और की करन आना? कीरे वास्ते। अपने वास्ते? अपने वास्ते। की काम करदे हो तुसी? मैं प्रॉपर्टी दा काम करदा बैरिया टाउन च। अच्छा तुसी कदी फ्रॉड कीता किसी नाल? नहीं नहीं फ्रॉडिया मैं लगना शब्द शरीफ दा लग रहे सी ते मैं पुछया वा। नहीं नहीं शरीफ दा बंदा फ्रॉडिया नहीं हैगा जरा भी। ਕਈ ਲੋਕ ਨਾ ਪ੍ਰਾਪਰਟੀ 'ਚ ਬਹੁਤ ਫਰੋਡ ਕਰਦੇ। ਨਹੀਂ ਨਹੀਂ ਅਸੀਂ ਤੇ ਕਿਸੇ ਦਾ ਪਲਾਟ ਹੋਵੇ ਤੇ ਕਿਸੇ ਦਾ ਕਹਿ ਕੇ ਵੇਚ ਦਿੰਦੇ। ਬੈਗ ਟੋਨ 'ਚ ਇੰਜ ਨਹੀਂ ਹੁੰਦਾ ਬਸ ਉਹ ਸਿੰਪਲ ਟ੍ਰਾਂਸਫਰ ਵਾਲੀ ਚੀਜ਼ਾਂ ਹੁੰਦੀਆਂ ਉਹ ਜਿਹੜੇ ਓਪਨ ਲੈਂਡ ਹੁੰਦੇ ਉਹਨਾਂ ਦਾ ਮਸਲਾ ਹੁੰਦਾ ਬਾਕੀ ਇਹਨਾਂ 'ਚ ਕੋਈ ਐਸਾ ਇੱਦਾਂ ਨਹੀਂ ਹੁੰਦਾ। ਨਹੀਂ ਫਰੋਡ ਕਰਕੇ ਕਈ ਲੋਕ ਉੱਪਰ ਜਾਂਦੇ ਨਾ। ਨਹੀਂ ਨਹੀਂ ਕੋਈ ਅੱਛੇ ਤਰੀਕੇ ਨਾਲ ਵੀ ਚਲੇ ਜਾਂਦੇ ਅਸੀਂ ਇਨਵੈਸਟਰ ਹੁੰਦੇ ਉਹਦੇ ਥਰੂ ਹੀ ਸਾਰੀਆਂ ਚੀਜ਼ਾਂ ਕਰੀਦੀਆਂ ਇੰਨਾ ਫਰੋਡ ਵਗੈਰਾ ਕੋਈ ਨਹੀਂ ਹੁੰਦਾ ਇਹਨਾਂ 'ਚ। ਚਲੋ ਇਹ ਤਾਂ ਫਿਰ ਵਧੀਆ ਗੱਲ ਆ। ਚਲ ਮੈਂ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਕਿਹੜਾ ਯਾਰ ਆ ਜਿਹੜਾ ਤੁਹਾਨੂੰ ਮਾਰ ਵੀ ਸਕਦਾ? ਕੀ ਦੁਬਾਰਾ ਤੁਸੀਂ ਦੁਹਰਾਓਗੇ ਕੀ ਕਿਹਾ ਤੁਸੀਂ? ਕਿਹਦਾ ਯਾਰ ਆ ਜਿਹੜਾ ਤੁਹਾਨੂੰ ਮਾਰ ਵੀ ਸਕਦਾ? ਕਿਹਦਾ ਯਾਰ ਆ ਜਿਹੜਾ ਤੁਹਾਨੂੰ ਮਾਰ ਵੀ ਸਕਦਾ? ਆਪਣਾ ਹੀ। ਉਹ ਤੇ ਆਪਣਾ ਹੀ ਹੋਏਗਾ ਲੇਕਿਨ ਕੀੜਾ? ਕੀੜਾ ਕਿਹਦਾ ਕਿਹਦਾ? ਐਸਾ ਕਿਹਦਾ ਯਾਰ ਆ ਜਿਹੜਾ ਮਾਰ ਵੀ ਸਕਦਾ? ਆਪਣਾ ਹੀ ਮੇਰਾ ਹੀ ਹੋਏਗਾ। ਉਹ ਕਿਸੇ ਦਾ ਯਾਰ ਥੋੜੀ ਮਾਰ ਸਕਦਾ। ਤੁਹਾਡਾ ਕਿਹੜਾ ਐਸਾ ਯਾਰ ਆ ਤੁਹਾਨੂੰ ਲੱਗਦਾ ਕਿ ਤੁਹਾਨੂੰ ਮਾਰ ਸਕਦਾ? ਬਹੁਤ ਹੈਗੇ ਨੇ। ਨਹੀਂ ਆ ਜਵਾਬ ਨੇ ਵੈਸੇ ਹੀ ਹੋ ਸਕਦਾ। ਤੁਸੀਂ ਕਹੋ ਮੈਂ ਹਾਰ ਗਿਆ? ਹਾਰ ਗਿਆ। ਚਲੋ ਮੇਰੇ ਸਵਾਲ ਦਾ ਇੱਕ ਹੋਰ ਤੁਸੀਂ ਜਵਾਬ ਦੇਣਾ। ਤੁਸੀਂ ਦੱਸਣਾ ਵਾ ਕਿ ਕਿਹੜੀ ਸ਼ੈ ਵਾ ਜਿਹੜੀ ਪਾਕਿਸਤਾਨ 'ਚ ਵੀ ਆ ਇੰਡੀਆ 'ਚ ਵੀ ਆ ਪਰ ਬਾਜ਼ਾਰ 'ਚ ਨਹੀਂ? ਕਿਹੜੀ ਚੀਜ਼ ਆ ਜਿਹੜੀ ਪਾਕਿਸਤਾਨ 'ਚ ਵੀ ਆ ਇੰਡੀਆ 'ਚ ਆ ਪਰ ਬਾਜ਼ਾਰ 'ਚ ਨਹੀਂ? ਤੁਸੀਂ ਕਹੋ ਮੈਂ ਫੇਰ ਹਾਰ ਗਿਆ? ਫਿਰ ਹਾਰ ਗਿਆ। ਅੱਜ ਤੁਸੀਂ ਰੋਜ਼ੇ ਰੱਖਦੇ ਹੋ? ਹਾਂਜੀ ਅਲਹਮਦੁਲਿਲਾ ਰੱਖਦਾ। ਕਿੰਨੇ ਰੋਜ਼ੇ ਰੱਖਦੇ ਹੋ? ਕੋਈ ਥੋੜ੍ਹੇ ਬਹੁਤ ਰੱਖ ਲੈਣਾ ਸਾਰੇ ਨਹੀਂ ਰੱਖੇ ਜਾਂਦੇ ਬਟ। ਸਾਰੇ ਕਿਉਂ ਨਹੀਂ ਰੱਖੇ ਜਾਂਦੇ? ਬਸ ਗਰਮੀ ਬਹੁਤ ਹੁੰਦੀ ਹੈ ਬਸ ਉਹ ਜੁੰਮੇ ਦਾ ਰੱਖ ਲਿਆ ਬਾਕੀ ਸਾਰੇ ਵੀ ਰੱਖ ਲੈਣੇ। ਸਿਹਤ ਵੀ ਉਂਝਦੀ ਹੈ। ਸਿਹਤ ਵੀ ਉਂਝਦੀ ਹੈ ਇਹੀ ਕਹਿ ਲਓ। ਬਾਅਦ 'ਚ ਪਤਾ ਚੱਲੇ ਸਾਰੇ ਰੋਜ਼ੇ ਰੱਖੇ ਤੇ 5 ਡ੍ਰਿਪਾਂ ਲਵਾਉਣੀਆਂ ਪੈਂਦੀਆਂ ਖੂਨ ਦੀਆਂ। ਡ੍ਰਿਪਾਂ ਇੰਨਾ ਵੀ ਨਹੀਂ ਹੈਗਾ ਵੈਸੇ ਹੀ ਬਹੁਤ ਘੱਟ ਖਾਂਦਾ ਵਾਂ ਤੇ ਰੋਜ਼ੇ ਤੇ ਰੱਖ ਹੀ ਲਾਂਗਾ। ਰੋਜ਼ੇ ਨਾਲ ਕੁਛ ਨਹੀਂ ਹੁੰਦਾ ਵੀਰੇ ਰੋਜ਼ੇ ਰੱਖਣੇ ਚਾਹੀਦੇ ਆ। ਤੁਸੀਂ ਰੱਖਦੇ ਨੇ? ਅਲਹਮਦੁਲਿਲਾ ਸਾਰੇ ਅਲਹਮਦੁਲਿਲਾ ਕਹਿੰਦੇ ਨੇ ਪਰ ਰੱਖਦਾ ਕੋਈ ਨਹੀਂ।
नहीं, अगर बंदा बीमार वगैरह ना हो जावे, अल्लाह सारे नु सेहत दवे, क्योंकि अजकल सेहत दी बहुत लोड़ है मैनू ते आमीन, ते फिर बंदा सारे रोजे रख भी सकदा, कोई ऐसी गल नहीं। जी जी इंशाल्लाह उम्मीद है पूरे रख। रोजे रख दियो जी, किथे रख दियो रोजे? घर च ही रखने हैं और किथे? घर दे किरी नुक्कर च। हां जी, घर दे किरी नुक्कर च रख दियो रोजे, जेड़ी नुक्कर हुंदी चूहे वाली उथे रख। आ की गल होई, बैग के सीधे सारे रख देना, डायरी गल डाइनिंग टेबल तो उथे ही रख दे। क्या कोई कुछ शेयर करना चाहंदे हो? बस है कि किसी नु हर्ट ना करो, पॉजिटिव रहो तो अच्छा ही होएगा, अल्लाह ताला सब नाल अच्छा कर दें, पॉजिटिव रहो, इंसान पॉजिटिव रहना चाहिए। चलो शुक्रिया जी, वधिया हो गया। अस्सलाम वालेकुम। वालेकुम सलाम। की करन आए तुसी इत्थे? खूबसूरती बहुत है इत्थे, वो वेखन आया सी। किथे किथे नजर आई थानू खूबसूरती? इधर तो बिल्कुल नहीं आई, इधर बहुत है। पहले थोनू नाज़रीन क्या बहुता हुसैन सामने आ जाए, यह जे बंदे उंजी बोंदल जांदे आ। नहीं जांदे ਬੋਂਦਲ ਜਾਂਦੇ ਬੋਂਦਲ ਦਾ ਮੈਂ ਤਾਂ ਠੀਕ ਬੋਲਣ ਦਾ ਕਰਾ ਮੈਂ ਮਰਦ ਵੀ ਮੇਰੇ ਕੋਲੋਂ ਸੜਦੇ ਤੁਸੀਂ ਤੇ ਜਾਣਦੇ ਹੋ ਨਾ ਬੁੱਢੀਆਂ ਦੇ ਸੜਦੇ ਆ ਪਰ ਇੱਥੇ ਮਰਦ ਵੀ ਮੇਰੇ ਕੋਲੋਂ ਸੜਦੇ ਆ ਬਸ ਐਦਾਂ ਦੀ ਕੋਈ ਗੱਲ ਨਹੀਂ ਹੈ ਵਹਿਮ ਪਾਲੀ ਫਿਰਦੀ ਆ ਕਿੱਥੋਂ ਆਏ ਤੁਸੀਂ ਪਾਲੋ ਵਹਿਮ ਨਹੀਂ ਪਾਲਣਾ ਮੈਂ ਨਿਸ਼ਾਰਾ ਵਿਰਕਾ ਪਿੰਡ ਦਾ ਪਿੰਡ ਦੇ ਹੋ ਅੱਛਾ ਕੀ ਕੰਮ ਕਰਦੇ ਹੋ ਮੈਂ ਮੱਝਾਂ ਨੂੰ ਪੱਠੇ ਪਾਉਂਦਾ ਹਾਂ ਉਸ ਤੋਂ ਇਲਾਵਾ ਵੈਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ ਕਰ ਰਹੇ ਹਾਂ ਥਰਡ ਸਮੈਸਟਰ ਹੈ ਮੇਰਾ ਆਈਸੀਐਸ ਕਰ ਰਹੇ ਹੋ ਥਰਡ ਸਮੈਸਟਰ ਹੈ ਆਈਸੀਐਸ ਕੀਤਾ ਹੋਇਆ ਵੈਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ ਕਰ ਰਹੇ ਹਾਂ वापसी सोचण डिया 300 हुण कित्थों इकट्ठा करना फिर घर जाना और इदां दी गल तां कोई नहीं बाकी नैट तां पै गई मेरा लगा गूगल तां राह दसदा रहूगा मैनूं होर गल कोई नहीं चलो फिर वधिया चल मैं सवाल दा जवाब देना तुसीं दसना वा कि किहड़ा यार आ जिहड़ा तुहानूं मार सकदा किहड़ा यार आ जिहड़ा मैनूं मार सकदा किहड़ा नहीं किहड़ा किहड़ा यार आ जिहड़ा तुहानूं मार सकदा किहड़ा ही कह रहे आ कीरा कीरा सवाल दी समझ नहीं आई कीरा की हुंदा कीरा यार आ जेड़ा थोनू मार सकदा कीरा यार आ जेड़ा मेनू मार सकदा मेरी सहेली दा यार ही मेनू मार सकदा क्योंकि ओदी सहेली मैं कड्डी फिरदा नहीं और केड़ा और ता मेनू लगदा कोई नहीं राई पुत्तर नू कोई हाथ ता ला के बहाए हाय मेनू पहले क्यों नहीं दस्या मैं सुनया राई कंजूस होंगे मैं सुनया मैं कह नहीं रही नाजरी मैं कह नहीं रही खवाइए कंजूस मैं कोई नहीं और ना कोई मांग के नहीं मांगे के कानू घरों अबे की जेब चो कट के लिया मैं 2000 पूरा कटिया बीपी तो नहीं लो होया 1500 कट्ठा ला दिता ना कनक वढ़न वाली बीपी कानू लो होना अच्छा फिर भी सही है अच्छा मैं सुनया कि राई जड़े आ गंडे खाते बहुत बहुत खाई दे क्यों ਐਦਰਾ ਰਾਹ ਦੇ ਹਕੀਮਾਂ ਨੂੰ ਪੁੱਛਿਓ ਤੁਹਾਨੂੰ ਬਹੁਤਾ ਦੱਸਣਗੇ ਇਸ ਬਾਰੇ ਗੰਡਿਆਂ ਦੇ ਬਾਰੇ ਹਾਂ ਮੈਂ ਸੁਣਿਆ ਕੰਜੂਸ ਹੁੰਦੇ ਇਸ ਵਾਸਤੇ ਗੰਡੇ ਜ਼ਿਆਦਾ ਖਾਂਦੇ ਨਹੀਂ ਗੰਡੇ ਹਲੇ ਵੀ ਮਹਿੰਗੇ ਆ ਆਲੂਆਂ ਨਾਲੋਂ ਪਤਾ ਕਰ ਲਿਓ ਮਾਰਕੀਟ ਚਲੋ ਮੇਰੇ ਇੱਕ ਹੋਰ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਵਾ ਕਿ ਐਸਾ ਕੀ ਆ ਕਿਸੇ ਮਰਦ ਨੂੰ ਕਹੀਏ ਜਾਂ ਇਨਸਾਨ ਨੂੰ ਕਹੀਏ ਅਤੇ ਉਹਦਾ ਗੁੱਸਾ ਖਤਮ ਹੋ ਜਾਂਦਾ ਵਾ ਜੇ ਡਾਕਟਰ ਕਿਸੇ ਇਨਸਾਨ ਨੂੰ ਕਹੇ ਤਾਂ ਇਨਸਾਨ ਖਤਮ ਹੋ ਜਾਂਦਾ ਬੰਦਾ ਲੰਘ ਗਿਆ ਜੀ ਡਾਕਟਰ ਤਾਂ ਇਹੀ ਆਉਂਦਾ ਐਸਾ ਸੀ ਅਸੀਂ ਕਿਸੇ ਨੂੰ ਕਹੀਏ ਬੰਦਾ ਲੰਘ ਗਿਆ ਜੇ ਤੇਰਾ ਗੁੱਸਾ ਖਤਮ ਹੋ ਜਾਂਦਾ ਵਾ ਹਾਂ ਤੇ ਲੰਘ ਗਿਆ ਹੁਣ ਤੂੰ ਲੰਘ ਜਾ ਔਰ ਗੁੱਸਾ ਖਤਮ ਹੋ ਗਿਆ ਹਾਂ ਕੀ ਲੌਜਿਕ ਆ ਅਸਲ ਮੇਰੀ ਰੋਟੀ ਅੱਧ ਵਿਚਕਾਰ ਰਹਿ ਗਈ ਤੂੰ ਮੈਨੂੰ ਬੁਲਾ ਲਿਆ ਤਾਂ ਕਰਕੇ ਮੈਂ ਭੁੱਖਾ ਪਾਣਾ ਜਵਾਬ ਦੇ ਰਿਹਾ ਮੇਰਾ ਅੱਧਾ ਦਿਮਾਗ ਕੰਮ ਕਰ ਰਿਹਾ ਅੱਧਾ ਨਹੀਂ ਕਰ ਰਿਹਾ ਦਿਨ ਤੁਸੀਂ ਕੋ ਮੈਂ ਹਾਰ ਗਿਆ ਮੈਂ ਨਹੀਂ ਕਹਿੰਦਾ ਹਾਰ ਗਿਆ ਮੈਂ ਤੁਹਾਡੇ ਕੋ ਅੱਧਾ ਵੀ ਨਹੀਂ ਹੈ ਜੇ ਹਾਰਿਆ ਕੋਈ ਰੁਪਈਆ 500 ਦਿਓਗੇ ਤਾਂ ਮੈਂ ਹਾਰ ਜਾਣਾ ਲੈ ਹਾਰਨ ਤੇ ਨਹੀਂ ਜਿੱਤਣ ਤੇ ਪੈਸੇ ਹੁੰਦੇ ਆ ਜਿੱਤਣ ਦੇ ਪੈਸੇ ਨਹੀਂ ਰਾਈਆਂ ਦੀ ਗੱਲ ਕੀਤੀ ਨਾ ਤੇ ਪਹਿਲਾ ਸਵਾਲ ਮੈਂ ਸਹੀ ਦਿੱਤਾ ਉਹਦਾ ਤੇ ਪਹਿਲਾ ਕਮਿਸ਼ਨ ਪਾਓ ਮੇਰੀ ਜੇਬ 'ਚ ਨਹੀਂ ਨਹੀਂ ਹੋਰਾ ਵੀ ਜਵਾਬ ਗਲਤ ਦਿੱਤਾ ਸੀ ਅੱਛਾ ਸਵਾਲ ਪਹਿਲਾਂ ਦੁਬਾਰਾ ਪੁੱਛੋ ਮੈਂ ਜਰਾ ਹੁਣ ਗੌਰ ਨਾਲ ਆਪਣਾ ਅੱਧਾ ਦਿਮਾਗ ਲਾ ਕੇ ਕੰਮ ਕਰਦਾ ਜਿਹੜਾ ਐਸਾ ਕੀ ਆ ਅਸੀਂ ਕਿਸੇ ਨੂੰ ਕਹੀਏ ਤੇ ਉਹਦਾ ਗੁੱਸਾ ਖਤਮ ਹੋ ਜਾਂਦਾ ਤੇ ਡਾਕਟਰ ਕਿਸੇ ਨੂੰ ਕਵੇ ਕਿਸੇ ਇਨਸਾਨ ਨੂੰ ਤੇ ਉਹ ਇਨਸਾਨ ਹੀ ਖਤਮ ਹੋ ਜਾਂਦਾ ਸ਼ੁਕਰ ਐਸ ਪਾਈ ਨੂੰ ਵੀ ਸਮਝ ਆਈ ਓਏ ਬੜਾ ਇੰਟੈਲੀਜੈਂਟ ਹੁੰਦਾ ਰਾਈ ਤੁਹਾਨੂੰ ਆਈ ਤਾਂ ਪਤਾ ਨਹੀਂ
सारा पता वा, साजिशां चल रही होंगे ने दिमाग साजिशां है ना। अच्छा साजिश ही होंदिया वे हूँ इतने किनिया आई जी साजिशां खेडन आई 250 का मूँह है 5000 का मेकअप लाया साजिशा ने इमरान खान की हुकूमत कोई साजिशा नहीं कर रही है सारी नाजरीन किसी का चुआनी के ठिप्पे वर्गा मूवी होंगे फिर असं भी तो बर्दाश्त करते हैं कि हो जाता वा। हाँ सही गल है चुआनी के ठिप्पे वर्गा मूवी नहीं तुम लगता सही गल है। नहीं नहीं मैं मनिया लभ गया लभ गया शुक्र कर रोजे सारे रख दो रोजे। हाँ सारे रखी दे शुक्र अलहमदुल्ला कितने रख दो जिते तुम रख लेंगे उत्थे आप भी रख लीजिए मैं मूँह रख दी हाँ मैं भी मूँह ही रखना। अच्छा चलो मान लेंगे है पूरे रोज रख दे पूरे रोज रख नहीं मैं पूरे नहीं रखता मैं सोच रही हाँ कि शक्लों लगता नहीं। हाँ मैं बहुत शरीफ हाँ ना। नहीं नहीं तुसी बहुत पापी लग रहे हो कसम ना। हाँ ना अच्छा कुछ शेयर करना चाहते हो। हाँ जी पिज्ज़ा पे थोड़ा शेयर करना चाहना करना खाना तो दसो लिया मैं अपना मंगवा लिया पिज्ज़ा चल मेरे ना शेयर कर लियो फिर। नहीं मैं अपनी कोई भी शेयर नहीं शेयर करती भुखी। चलो शुक्रिया वधिया जी नाजरीन आज मैं मौला इसी प्रोग्राम करन मैं की सवाल की थी जवाब किसी थोन दस के जावांगी। नाजरीन मेरा पहला सवाल ये सी कि वो कि शेयर पाकिस्तान च भी होंगी इंडिया च भी होंगी पर बाजार च नहीं होंगी वो होंगे नून का नुकता। तो नाजरीन मेरा दूसरा सवाल ये कि ऐसा की है जरा असी किसी बंद कही इतने बंदा बंदे का गुस्सा जोड़ा वा खत्म हो जाता जे कोई डॉक्टर किसी बंद कहे तो बंदा खत्म हो जाता तो वह जवाब है सॉरी। तो नाजरीन मेरा तीसरा सवाल ये कि वो खीरा यार आ जरा थोन मार भी सकता तो और जवाब है हथियार। हाँ नंघ जा पुत तेरी कमी सी है। तो नाजरीन मेरे वालों तो मेरी पूरी टीम के वालों थानू रमज़ान बहुत बहुत मुबारक हो क्योंकि बरकत वाला बहुत ही मुबारक महीना वा तो सारे रोज़े रखियो है सारे लोग रल मिल के क्योंकि मैं भी कोशिश करा कि मैं सारे रोज़े रखा। प्रोग्राम का वक्त ख़त्म हो गया अपनी अबीर इजाज़त दे जल्दी थोड़े ना मुलाकात होएगी नवी जगह तो नवे सवाल ना। अल्लाह हाफिज़। नाज़रीन मैं आपकी मेज़बान अबीरा ख़ान और आप देख रहे हैं रूही टीवी और सिटी प्रोग्राम में वेलकम हो गया। नाज़रीन आज मैं आ गई हाँ मॉल से फिर मॉल च आई हाँ प्रोग्राम करन चलते हैं लोगों वाल पूछते हैं सवाल तो क्योंकि रमज़ान का महीना चल रहा है तो कुछ सवाल रमज़ान के महीने तो रिलेटिड भी पूछा। चलो चलिए अस्सलामुअलैकुम। वालेकुम अस्सलाम। की करन आज इस मॉल शॉपिंग के लिए शॉपिंग के लिए की शॉपिंग ईद की शॉपिंग रमज़ान की शॉपिंग ऑब्वियसली। एड्डी जल्दी ईद की शुरू हो गई शॉपिंग। रमज़ान में रोज़े के दौरान में थोड़ा टफ हो जाता है इसीलिए फिर रोज़े किन्ने रख दे जितनी अल्लाह ताला तौफीक दे अपनी पूरी कोशिश होती है। कभी पूरे नहीं रखे रखती हूँ ऑब्वियसली रखती हूँ। कोशिश कर दे कितने कितने छोट भी जाते हैं। सॉरी मैं कोशिश कर दे जी कितने छोट भी जाते हैं। नहीं पूरे ही रखती हूँ। कितने रख दे पता तो चल कहाँ पर रखती हूँ रोज़े। नो आंसर। अच्छा उन्होंने नहीं पता कितने रखते हैं। अच्छा कभी इंज हो कि तुसी बस अफतारी खान ही गए हो या कभी किसी ने की भी है कि बस खान ही गए। नहीं गिव एंड टेक रूल ही होता है करते भी और कराते भी हैं। अपनी फैमिली भी बुलाते किसी नो या फ्रेंड्स नो। मोस्टली फ्रेंड्स के साथ फिर फैमिली फंक्शन भी ऑब्वियसली फिर अफतारी के डिनर्स भी होते हैं। तो सिकार देखी हो। मैं एडवोकेट हाई कोर्ट हूँ। हाई कोर्ट की हो। वकील हूँ। अच्छा वकील हूँ तो रोज़े बिच भी तुसी केस कुछ लड़न जाते हैं। हाँ जी ऑब्वियसली जिस दिन बहुत रोज़ा लग रहा है फिर ड्यूटी ड्यूटी होती है रोज़ा भी ड्यूटी है वो भी काम भी ड्यूटी है। अच्छा रोज़ा रख के ना कई लोग बड़े खिचे खिचे रेंदे ज़्यादा बोलते नहीं आ ते गुस्से बिच रेंदे आ इंज होया कि तुसी जज दे मतलब गुस्से दे बिच जज बिच पै गए हो। नहीं इस तरह नहीं होता रूल्स को फॉलो करना होता है और करना भी चाहिए। अच्छा इज्जत करनी पैंदी है मजबूर है ना। नहीं मजबूर है नहीं ड्यूटी है सो वी शुड बी वेरी विजिलेंट अबाउट दैट। हाँ
पड़ी पई है सख्त ड्यूटी है। चलो मेरे सवाल का जवाब तुसी देना, तुसी दसना वा कि वह किहड़ी शै वा जिहड़ी पाकिस्तान च भी आ इंडिया च भी आ लेकिन बाजार च नहीं। पाकिस्तान में भी है, इंडिया में भी है और बाजार में नहीं है। ऑब्वियसली अल्फाबेटिकली देखा हरफे तो हजी में देखा जाए तो नून। मैनू क्यों लगता चीटिंग हुई है मेरे नाल, एडी जल्दी जवाब। कॉमन सेंस है ये, पाकिस्तान में भी है इंडिया में भी है लेकिन बाजार में नहीं है। चलो एक और सवाल फिर तुम दसना वा कि वह की है कि अगर असं किसी बंद कही गुस्सा ठंडा हो जाता वा तो जे डॉक्टर कवे किसी बंद बंदा ठंडा हो जाता। इन तो कोई सवाल दस नहीं, दोबारा मैं सवाल मेरा गलत हो गया। अगर असं किसी बंद कही ना तो वह गुस्सा खत्म हो जाता वा, जो डॉक्टर किसी बंद कवे तो बंदा खत्म हो जाता। हम किसी खुद पर्सनली किसी को कहें तो उसका गुस्सा ख़त्म हो जाता है, अगर उसको डॉक्टर खुद कहे तो बंदा खत्म हो जाता। जा मर जा ना, किसी ने कहना थोड़ी ना कि मर जाता। नो आई हैव नो आइडिया अबाउट दैट। किसी को मैं हार गई। हाँ जी जी मैं हार गई। चलो को शेयर करना चाहते हो क्योंकि रमज़ान चल रहा वा, कोई रेसिपी इंज दी? रेसिपी तो नहीं है, मशरूबात में से मैं सबसे अच्छा मशरूबात एक मशरूब बनाती हूँ, स्प्राइट लेके मिंट के कुछ वो पत्ते लेके और काला नमक, सिंपल नमक, थोड़ी सी शुगर और आइस क्यूब्स, इनको ब्लेंड करने से एक अच्छा मशरूब बन जाता है। नाम दशहरा की है, वैसे तो इसको मिंट मार्गरीटा कहते हैं लेकिन क्योंकि ये होममेड है तो मैं इसमें आइस क्यूब्स थोड़े कम रखती हूँ ताकि गला ना पकड़ा जाए। अच्छा फिर अपना नाम भी अपने को रख लिया तुम है, कोई नहीं शुक्रिया। अस्सलाम वालेकुम। वालेकुम सलाम। की करना है तुसी इथे? असी इथे शॉपिंग करना है। की रे वास्ते? अपने वास्ते। अच्छा अपने वास्ते। की काम करदे हो? हां जी काम करदे हैं। की काम करदे हो? स्टिचिंग करते हैं। की ये लेडीज शर्ट जो होती है? लेडीज शर्ट स्टिच करते हैं। अच्छा तुम दसदा कहते मैं दर्जी हाँ। दर्जी स्टिच करता हूँ, पता नहीं की स्टिच करते हैं। चलो मेरे सवाल का जवाब दें, तुम दसना वा कि वह किहड़ी शै वा जिहड़ी पाकिस्तान च भी आती है इंडिया च भी आती है पर बाजार च नहीं आती। अच्छा बाजी पहली तो गल केरी नहीं होंदा, केड़ी होंदा। मेरे मेरा हमेशा केरी केरी रहा, कोई बदल नहीं सकया। फैसलाबाद भी तुसी केरी केरी लाया होंदा, इत्थे लाहौर आ के भी तुसी केरी केरी कीता। हर जगह ते केरी ते केरी रहना ना। हाँ जी केड़ी तुसी शाह पूछिया सी कि केरी शै वा जिहड़ी पाकिस्तान च भी आती है इंडिया च भी आती है पर मार्केट च नहीं आती। हार मनी तुसी दसो। बहुत ही हारिया होया बंदा, मैं हिसाब लाया। अच्छा चलो एक और सवाल तुसी दसना वा कि वह की अगर बंदे नू कहिए बंदे दा गुस्सा ख़त्म हो जाता, अगर डॉक्टर बंदे नू कहे बंदा ख़त्म हो जाता। कुछ पता है वीरे? हाँ जी पता है। कोई मकसद जिंदगी दा? मकसद की लैना है दुनिया ते? की होंदा नू दसी दसो। कोई मकसद नहीं? कोई मकसद नहीं, वैसे ही है। वैसे ही है। चलो कुछ शेयर करना चाहते हो? नहीं कुछ भी नहीं शेयर करना। कुछ भी नहीं। अवतारी तो नहीं जानते भाई, इस मूह नु किन्ने अवतारी ते बुलाना है? ताड़ा मूह भी है, डोरेमोन ने चिट्टा सूट पाया। पा सकता कोई बुराई नहीं डोरेमोन च? हाँ जी क्यों नहीं है, रातों रात गुरबत छाई होंगी। छा सकती है जो ये सियासतदान छा भी सकती है? छा सकती क्यों नहीं छा सकती है, मंगनी टुट के पैर ते बची होंगी। बच सकती है? हाँ जी बच सकती है, तमीज दे दायरे च मोटरसाइकिल कमाई होंगी। हाँ आ कुछ सही सी। सही सी। कोई नवी जुगत जेड़ी थोड़ी अपनी हो इजाद की? अपनी हो ना सी घरे मानला साहब। अच्छा बनने दी ते कोशिश कर रहे सी? मैं क्या शायद कोशिश ते नहीं कर रहे, खुदा माफ करे। कुछ खाली हो गया ट्रंक तुहाडा? केड़ा ट्रंक? जुगता आला? नहीं नहीं जुगता आला ट्रंक तो खाली हो गया, अब भाई का इंटरव्यू करें। तुसी ते बना पूरा खा लो ना शौक चा। हां जी शौक। और कोई जुगत आ रही होए सोनी कुड़ी ते?
सोहनी कुड़ी ते फिर सोहनी कुड़ी ते ताड़े देनी आ मेरा वीर भी इंज कोनी ना फिटे मुँह लिखे आंदा है इंज दी नवी जगत नु चाहिए क्या बात है अच्छा इंज लग रहे दोनों भैन भरा खड़े हाँ लग भी सकता वा सही है देना हाय रे बा काश मेडी स्मार्ट हुंदी मैं ते स्मार्ट होना चाहंदी हां स्मार्ट होना चाहंदे ऐ तुसी वाल वाल ते स्मार्ट हो सकदे ऐ अच्छा तुसी की इंज स्मार्ट होए नहीं मैं ते नहीं इंज स्मार्ट होया फिर नहीं ताडे ना सिर्फ वाल ही नजर आ रहे ने मुंह ते ਤੁਹਾਡਾ ਵੀ ਬੜੀ ਗੰਜੀ ਚੜੇਲ ਵਰਗਾ ਮੂੰਹ ਆ ਤੁਹਾਡਾ ਵੀ ਮੂੰਹ ਐ ਚੜੇਲ ਦਾ ਪੁੰਜਾ ਪਾਟਾ ਇਹ ਵੀ ਪੁਰਾਣੀ ਸੀ ਅੱਛਾ ਜੀ ਸੂਦਖੋਰ ਜੈਨ ਹੁੰਦਾ ਸੂਦਖੋਰ ਜੈਨ ਹੁੰਦਾ 2 ਇੰਚ ਦਾ ਜੈਨ ਹੁੰਦਾ ਇਹਦੇ ਦੀ ਭਿੱਕੀ ਤੇ ਮੈਂ ਮਾਰ ਲਾਂ ਮਦਰਾ ਜੈਨ ਹੁੰਦਾ ਕੋਈ ਨਵੀਂ ਜੁਗਤ ਨਵੀਂ ਨਵੀਂ ਹੋਣ ਫਿਰ ਤੁਹਾਨੂੰ ਸੋਚਣ ਦੇ ਹੋਏ ਚਲੋ ਤੁਸੀਂ ਸੋਚ ਲਓ 2 ਸਾਲ ਆਪਾਂ 2 ਸਾਲ ਬਾਅਦ ਫਿਰ ਇੰਟਰਵਿਊ ਕਰਾਂਗੇ ਲੇਕਿਨ ਚੰਗੀਆਂ ਚੰਗੀਆਂ ਭਿੱਕੀਆਂ ਭਿੱਕੀਆਂ ਨੇ ਭਿੱਕੀਆਂ ਨੇ ਹੋਣ ਨਵੀਆਂ ਚਲੋ ਸ਼ੁਕਰੀਆ ਵਧੀਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਕਰਨ ਆਏ ਤੁਸੀਂ ਇੱਥੇ ਮੈਂ ਇੱਥੇ ਮੇਰੇ ਭਾਈ ਦਾ ਕਾਊਂਟਰ ਆਇਆ ਸੀ ਆਏ ਸਾਂ ਵਿਜ਼ਿਟ ਕਰਨ ਵਾਸਤੇ ਗੁਲਬਰਗ ਪੇਸ 'ਚ ਸਾਡਾ ਆਇਆ ਸੀ ਲੇਕਿਨ ਜਲ ਗਿਆ ਠੀਕ ਹੈ ਹੁਣ ਅਸੀਂ ਇੱਥੇ ਬਣਾ ਰਹੇ ਹਾਂ ਕਾਊਂਟਰ ਇੱਥੇ ਅੱਗ ਲਾਉਣਾ ਚਾਹੁੰਦੇ ਹੋ ਨਹੀਂ ਇਹ ਤਾਂ ਹੁਣ ਮੱਲਾ ਹੀ ਲਾ ਸਕਦੇ ਨੇ ਅੱਗ ਅਸੀਂ ਥੋੜ੍ਹਾ ਲਾਈ ਅੱਗ ਆਹੋ ਇੰਨੀ ਕਿਸਮਤ ਸੀ ਕਿ ਪੇਸ 'ਚ ਅੱਗ ਲਵਾ ਦਿੱਤੀ ਹੈ ਹੁਣ ਇੱਥੇ ਦੀ ਵਾਰੀ ਤਾਂ ਨਹੀਂ ਅੱਲਾ ਰਹਿਮ ਕਰ ਨਹੀਂ ਇੱਥੇ ਲੱਗੇ ਕਿ ਤੁਸੀਂ ਵੀ ਸਾਡੇ ਨਾਲ ਹੀ ਜੇ ਫਿਰ ਅੱਲਾ ਨਾ ਕਰੇ ਹਾਂ ਇੱਥੇ ਕੁਛ ਨਾ ਹੋਵੇ ਨਹੀਂ ਜਿੱਥੇ ਤੁਸੀਂ ਇਹ ਤੇ ਮੇਰਾ ਦੂਜਾ ਘਰ ਆ ਜਿੱਥੇ ਤੁਸੀਂ ਹੋ ਉੱਥੇ ਫਿਰ ਕੁਛ ਤੇ ਕੁਛ ਹੋ ਹੀ ਸਕਦਾ ਉੱਥੇ ਅੱਗ ਨਹੀਂ ਲੱਗ ਸਕਦੀ ਹਾਂ ਹਸੀ ਮਜ਼ਾਕ ਹੋ ਸਕਦਾ ਸ਼ੁਗਲ ਹੋ ਸਕਦਾ ਮਤਲਬ ਅੱਗ ਨਹੀਂ ਲੱਗ ਸਕਦੀ ਤੁਹਾਡੇ ਹੁੰਦੇ ਆ ਇੱਥੇ ਕਹਿਣਾ ਚਾਹੁੰਦੇ ਮੈਂ ਏਡੀ ਸੋਹਣੀ ਆ ਮੈਂ ਅੱਗ ਲਾ ਦਿੱਤੀ ਅੱਗ ਬਸ ਵੇਖ ਲਓ ਤੁਸੀਂ ਹੈ ਹੀ ਏਡੇ ਸੋਹਣੇ ਹੀ ਤੇ ਅੱਗ ਲੱਗਣੀ ਲੱਗੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਿਰਫ ਮਸ਼ਹੂਰ ਆਪਣੇ ਨੂੰ ਲੈ ਘੁੰਮਣਾ ਹੁੰਦਾ ਕਿਹਨੂੰ ਲੈ ਕੇ ਆਪਣੀ ਗਰਲਫ੍ਰੈਂਡ ਨੂੰ ਲੈ ਕੇ ਅੱਛਾ ਗਰਲਫ੍ਰੈਂਡ ਨੂੰ ਲੈ ਕੇ ਘੁੰਮਣਾ ਹੁੰਦਾ ਇਹਨਾਂ ਦਾ ਇਹੀ ਕੰਮ ਆ ਕਦੀ ਖਰਚਾ ਖੁਰਚਾ ਵੀ ਕੀਤਾ ਕਿ ਉਹਦੇ ਪੱਲਿਓਂ ਹੀ ਤੁਸੀਂ ਖਰਚਾ ਕਰਦੇ ਹੋ ਉਹਦੇ ਪੱਲਿਓਂ ਹੀ ਕਰੀਦਾ ਖਰਚਾ ਆਪ ਵੀ ਕਦੀ ਲਾਣਾ ਪੈ ਜਾਂਦਾ ਤੇ ਫਿਰ ਲਾ ਲੂ ਲਈਦਾ ਆਪ ਵੀ ਕਿੰਨੀ ਵਾਰੀ ਉਹਨੇ ਤੁਹਾਨੂੰ ਸ਼ਾਪਿੰਗ ਕਰਾਈ ਉਹਨੇ ਮੈਨੂੰ ਤਕਰੀਬਨ ਕਾਫੀ ਦਫਾ ਕਰਾਈ ਹੈ ਫੋਨ ਛੋਣ ਵੀ ਉਹਨੇ ਹੀ ਲੈ ਕੇ ਦਿੱਤਾ ਯਕੀਨਨ ਅੰਨੀ ਹੋਣੀ ਵਿਚਾਰੀ ਸੌਰੀ ਯਕੀਨਨ ਅੰਨੀ ਹੋਣੀ ਆ ਅੰਨੀ ਨਹੀਂ ਨਜ਼ਰ ਸਾਰਾ ਕੁਝ ਮੈਨੂੰ ਆਉਂਦਾ ਬਸ ਗੱਲਾਂ 'ਚ ਆ ਜਾਂਦੀ ਮੇਰੀਆਂ 'ਚ ਫਿਰ ਜੀ ਕਿਨਨ ਪਾਗਲ ਉਹ ਪਾਗਲ ਤੇ ਮੈਂ ਪਹਿਲੇ ਕੀਤੀ ਦੀ ਗੱਲਾਂ 'ਚ ਲਿਆ ਲਿਆ ਕਿ ਉਹਨਾਂ ਮੈਂ ਪਾਗਲ ਕੀਤਾ ਦਾ ਅੱਛਾ ਕਿੰਜ ਗੱਲਾਂ 'ਚ ਲਿਆਂਦੇ ਮੁੰਡੇ ਗੱਲਾਂ 'ਚ ਲਿਆਂਦੇ ਮੇਰੀ ਜਾਨ ਮੈਂ ਆਪਸੇ ਬੜਾ ਪਿਆਰ ਕਰਤਾ ਹੂੰ ਤੂੰ ਮੇਰੇ ਸਾਥ ਆਓ ਅੱਲਾ ਕੀ ਕਸਮ ਤੂੰ ਮੈਂ ਇੱਧਰ ਇੱਧਰ ਐਸੇ ਘੁਮਾਊਂਗਾ ਘੁਮਾਤਾ ਹੂੰ ਇਹ ਨਹੀਂ ਨਹੀਂ ਘੁਮਾਤਾ ਪਹਿਲੇ 2-3 ਦਿਨ ਖਾਣੇ ਖੁਣੇ ਖਿਲਾਤਾ ਹੂੰ ਅੱਛੇ ਪੀਜ਼ੇ ਪੀਜ਼ੇ ਖਿਲਾਤਾ ਹੂੰ ਮੋਲ ਸ਼ੋਲ ਮੈਂ ਲੈ ਕੇ ਜਾਤਾ ਹੂੰ ਕਭੀ ਫੋਰਟਰਸ ਲੈ ਗਿਆ ਇਮਾਨਾ ਮੋਲ ਲੈ ਗਿਆ ਇੰਪੋਰੀਅਮ ਲੈ ਗਿਆ ਇਹ ਜੇ ਬੰਦੇ ਕਹਿੰਦੇ ਪੈਰਿਸ ਜਾਏਂਗੇ ਸ਼ਾਪਿੰਗ ਕਰਨੇ ਹਮ ਇੰਗਲੈਂਡ ਜਾਏਂਗੇ ਤੇ ਫਿਰ ਇਛਰੇ ਬਾਜ਼ਾਰ ਲੈ ਜਾਂਦੇ ਹੈ ਇਛਰੇ ਬਾਜ਼ਾਰ ਮੈਂ ਨਹੀਂ ਕਦੀ ਸ਼ਾਪਿੰਗ ਕਰਵਾਈ ਨਹੀਂ ਖਿਲਾਇਆ ਹੀ ਆ ਜਬ ਖਿਲਾਇਆ 1-2 ਦਫਾ ਬਸ ਫਿਰ ਆਹੋ ਇਹ ਵੀ ਆ ਫਿਰ ਖਾਇਆ ਹੀ ਹੈ ਹਾਏ ਆ ਦੇਖ ਰਹੀ ਹੁਣੀ ਪ੍ਰੋਗਰਾਮ ਸਮਝ ਜਾ ਹੁਣ ਤੇ ਅੱਛਾ ਚਲੋ ਮੇਰੇ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਵਾ ਪਾਕਿਸਤਾਨ ਤੇ ਇੰਡੀਆ ਵਿੱਚ ਉਹ ਕਿਹਦੀ ਸ਼ੈਲੀ ਪਾਕਿਸਤਾਨ 'ਚ ਵੀ ਇੰਡੀਆ 'ਚ ਵੀ ਆ ਲੇਕਿਨ ਬਾਜ਼ਾਰ 'ਚ ਨਹੀਂ ਐਸੀ ਤਾਂ ਕੋਈ ਚੀਜ਼ ਨਹੀਂ ਜਿਹੜੀ ਇੱਧਰ ਹੈ ਅਤੇ ਉੱਧਰ ਨੇ ਸਾਰੀ ਹੈਗੀ ਆ ਹੈਗੀ ਆ ਸਾਰਾ ਕੁਛ ਹੀ ਹੈ ਵੀ ਪਾਕਿਸਤਾਨ 'ਚ ਵੀ ਇੰਡੀਆ 'ਚ ਵੀ ਹੈ ਲੇਕਿਨ ਬਾਜ਼ਾਰ 'ਚ ਕਿਉਂ ਨਹੀਂ ਆ ਬਾਜ਼ਾਰ 'ਚ ਕਿਉਂ ਨਹੀਂ ਬਾਜ਼ਾਰ 'ਚ ਵੀ ਹੈ ਵੇ ਨਹੀਂ ਹੈ ਕਿਹੜੀ ਐਸੀ ਚੀਜ਼ ਹੈ ਜਿਹੜੀ ਪਾਕਿਸਤਾਨ 'ਚ ਨਹੀਂ ਹੈ ਹੈ ਸਾਰਾ ਕੁਛ ਪਾਕਿਸਤਾਨ 'ਚ ਹੈ ਵਾਸ਼ ਹੈ ਇੰਡੀਆ 'ਚ ਵੀ ਹੈ ਵਾਸ਼ ਹੈ ਲੇਕਿਨ ਬਾਜ਼ਾਰ 'ਚ ਨਹੀਂ ਆ ਅੱਜ ਕੱਲ੍ਹ ਤਾਂ ਸਾਰਾ ਕੁਛ ਆਮ ਹੋਇਆ ਦਾ ਸਾਰਾ ਕੁਛ ਹੀ ਮਿਲ ਜਾਂਦਾ ਇਹ ਬਾਜ਼ਾਰ 'ਚ ਬੰਦਾ ਕਹਿ ਦਿੰਦਾ ਕਿ ਮੈਂ ਹਾਰ ਗਿਆ ਨਹੀਂ ਮੈਂ ਕਿਉਂ ਹਾਰਾਂ ਜਦੋਂ ਸਾਰਾ ਕੁਛ ਮਿਲ ਜਾਂਦਾ ਭਾਈ ਉਹ ਸ਼ਾਨੀ ਭਾਈ ਜਾ ਰਹੇ ਉਹਨਾਂ ਨੂੰ ਬੁਲਾ ਲਿਆ ਭਈਆ ਪਹਿਲੇ ਆਪਣੇ ਕੰਮ ਕਰ ਲਓ ਇਹ ਬੰਦਾ ਲੇਕਿਨ ਮੇਰੀ ਗੱਲ ਸੁਣੋ ਸਾਰਾ ਕੁਛ ਮਿਲ ਜਾਂਦਾ ਇੱਥੋਂ ਨਹੀਂ ਉਹ ਸ਼ੈ ਨਹੀਂ ਮਿਲਦੀ ਬਾਜ਼ਾਰ 'ਚ ਮੈਂ ਕਹਿੰਦਾ ਕੀ ਤੁਸੀਂ ਲੈਣਾ ਸਕੋ ਮੈਂ ਹਾਰ ਗਿਆ ਮੈਂ ਕਿਉਂ ਹਾਰਾਂ ਜਦੋਂ ਜਵਾਬ ਨਹੀਂ ਸਹੀ ਜਦੋਂ ਸਾਰਾ ਕੁਛ ਮਿਲ ਜਾਂਦਾ ਬਾਜ਼ਾਰ 'ਚ ਤੇ ਮੈਂ ਕਿਉਂ ਹਾਰਾਂ ਨਾਜ਼ਰੀਨ ਤੁਸੀਂ ਸਮਝ ਗਏ ਹੋਣੇ ਆ ਮੇਰੀ ਨਜ਼ਰਾਂ 'ਚ ਹਾਰ ਗਿਆ ਚਲੋ ਇੱਕ ਹੋਰ ਸਵਾਲ ਮੈਂ ਤੁਹਾਨੂੰ ਦੱਸਣਾ ਨਾਜ਼ਰੀਨ ਮੈਂ ਕਿਉਂ ਹਾਰ ਸਕਣ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਰਾ ਕੁਛ ਮਿਲ ਜਾਂਦਾ ਨਹੀਂ ਆਣੀ ਹੈ ਜਵਾਬ ਚਲੋ ਇੱਕ ਹੋਰ ਸਵਾਲ ਤੁਸੀਂ ਦੱਸਣਾ ਵਾ ਕੈਸਾ ਕੀ ਆ ਕਿ ਅਗਰ ਅਸੀਂ ਬੰਦੇ ਨੂੰ ਕਹੀਏ ਬੰਦੇ ਦਾ ਗੁੱਸਾ ਖਤਮ ਹੋ ਜਾਂਦਾ ਡਾਕਟਰ ਬੰਦੇ ਨੂੰ ਕਹੇ ਤਾਂ ਬੰਦਾ ਖਤਮ ਹੋ ਜਾਂਦਾ ਐਸਾ ਕੀ ਹੈ ਜਿਹੜਾ ਬੰਦਾ ਡਾਕਟਰ ਨੂੰ ਕਹੇ ਤਾਂ ਖਤਮ ਹੋ ਜਾਂਦਾ ਅਸੀਂ ਕਿਸੇ ਬੰਦੇ ਨੂੰ ਕਹੀਏ ਨਾ ਤਾਂ ਉਹਦਾ ਗੁੱਸਾ ਖਤਮ ਹੋ ਜਾਂਦਾ ਵਾ ਜੇ ਡਾਕਟਰ ਕਿਸੇ ਬੰਦੇ ਨੂੰ ਕਹੇ ਤਾਂ ਬੰਦਾ ਖਤਮ ਹੋ ਜਾਂਦਾ ਖਤਮ ਕਰਨ ਵਾਸਤੇ ਇੱਕ ਹੀ ਚੀਜ਼ ਹੈ ਬਸ ਠੀਕ ਹੈ
तो वह बंदा कर सकता जिमें मर्जी बंदा कर ले। ऐसा की कहते ऐसा कहें कि मतलब ताडा एंड ही चल रहा बस डॉक्टर ने जवाब दे जे असी किसी बंदे नु कहिए ये तोड़ा एंड ही चल रहा तेरा गुस्सा ठंडा ज्यादा खत्म हो जाता डॉक्टर जवाब दे बस भी ताडा कुछ नहीं हो सकता ताड़ियां लास्ट डेटा चल रही ने वो डेट हुण तुसी कोई भी ले सकते एक ही गल आ जिहड़ी असी अगर किसी बंदे नु कहिए ओहदा गुस्सा खत्म हुंदा वा ते ओही अगर डॉक्टर किसी बंदे नु कहिए बंदा खत्म हो जाता। बाकी डॉक्टर वाला तो यकीन मान लोहे का मायका तो मैं सिर च मारना नहीं जवाब आता तो हार मनो। एक गल हैगी जे कुड़ी कुड़ी मुंडा जे मन खलोते हो तो वह कोई कर सकते हैं कोई उन्हों का मैं जवाब दे सकना कि वह गुस्सा ठंडा कर सकते एक दूजे का यह गंदा भाई है गंदी है एक पॉजिटिव कोई जवाब नहीं होना आज कोई शेयर करना चाहते हो नहीं मैं हार गए कुछ भी शेयर करना इंज तो गंदा बंदा करना तू रहन दे शुक्रिया वधिया जी नाजरीन अब वक्त हो गया छोटी सी ब्रेक का तुसी कितने नहीं जाना तुसी इत्थे रहना।